ਭਾਰਤੀ ਜਨਤਾ ਪਾਰਟੀ ਦੇ ਸ਼੍ਰੋਮਣੀ ਅਕਾਲੀ ਦਲ ਦੀ ਨੇਕ ਸਲਾਹ ਮੰਨਦੀ ਤਾਂ ਅੱਜ ਇਹ ਦਿਨ ਨਾ ਦੇਖਣੇ ਪੈਂਦੇ ਜੋ ਅੱਜ ਦੇਸ਼ ਨੂੰ ਔਰ ਖਾਸ ਤੌਰ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਿਰੰਦਰ ਮੋਦੀ ਜੀ ਨੂੰ ਨਵੋਸ਼ੀ ਝਲਨੀ ਪੈ ਰਹੀ ਆ ਔਰ ਮੈਂ ਕਹਿ ਸਕਦਾ ਕਿ ਜਿਹੜੀਆਂ ਕੀਮਤੀ ਜਾਨਾਂ ਸ਼ਹਾਦਤ ਦੇ ਰਹੀਆਂ ਨੇ ਖਾਸ ਤੌਰ ਤੇ ਸੰਤ ਬਾਬਾ ਰਾਮ ਸਿੰਘ ਜੀ ਸਿੰਘਾਵਰ ਵਰਗੇ ਮਹਾਂਪੁਰਖ ਅੱਜ ਜੀਵਨ ਦਾ ਤਿਆਗ ਦੇ ਜੇ ਸ਼੍ਰੋਮਣੀ ਅਕਾਲੀ ਦਲ ਦੀ ਨੇਕ ਸਲਾਹ ਮੰਨੀ ਹੁੰਦੀ ਕਹੇ ਸ਼ਰੋਮਣੀ ਅਕਾਲੀ ਦਲ ਹਮੇਸ਼ਾ ਹੀ ਮਾਨਸ ਕੀ ਜਾਤ ਸਭੇ ਇੱਕ ਦੇ ਪਹਿਜਾਨ ਉਹਦੇ ਸਿਧਾਂਤ ਤੇ ਪਹਿਰੇਦਾਰੀ ਕਰਦਾ ਰਹਿਆ ਔਰ ਕਰ ਰਿਹਾ ਸ਼ਰੋਮਣੀ ਅਕਾਲੀ ਦਲ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਸੇਧ ਲੈਣਿਆ ਜੀਵੋ ਔਰ ਜਿਨੇ ਦੋ ਔਰ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਪੋਲਰਾਈਜੇਸ਼ਨ ਦੀ ਪਾਲਸੀ ਆ ਜਿਹੜੀ ਡਿਵਾਈਡ ਕਰਨ ਦੀ ਪਾਲਸੀ ਆ ਇਹ ਮੈਂ ਸਮਝਦਾ ਉਹਨਾਂ ਮਹਾਪੁਰਖਾਂ ਨੇ ਜਿਨ੍ਹਾਂ ਨੇ ਇਸ ਦੇਸ਼ ਦੀ ਅਨੇਕਤਾ ਵਿੱਚ ਇਕਤਾ ਦਾ ਜਿਹੜਾ ਸੰਕਲਪ ਆ ਉਹਨੂੰ ਕਾਇਮ ਰੱਖਦਿਆਂ ਸ਼ਹਾਦਤ ਦੇ ਜਾਂ ਪਿੱਤੇ ਉਹਦੇ ਉਲਟਾ ਪਾਲਸੀ ਭਾਜਪੀ ਦੀ ਇਸ ਕਰਕੇ ਜੇ ਕੋਈ ਲੋਕਾਂ ਨੂੰ ਤੋੜਨ ਦੀ ਗੱਲ ਕਰੇਗਾ ਭਾਵੇਂ ਧਰਮ ਦੇ ਨਾਂ ਤੇ ਕਰੇ ਭਾਵੇਂ ਜਾਤ ਦੇ ਨਾਂ ਤੇ ਕਰੇ ਭਾਵੇਂ ਇਲਾਕੇ ਦੇ ਨਾਂ ਤੇ ਕਰੇ ਉਹ ਕਿਸੇ ਤਰ੍ਹਾਂ ਦੀ ਸ਼ਰਮਣੀ ਕਾਲੀਦਾਰ ਉਸ ਨੀਤੀ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਬਲਕਿ ਦੇਸ਼ ਨਹੀਂ ਇਹ ਬਰਦਾਸ਼ਤ ਕਰ ਸਕਦਾ ਦੇਸ਼ ਦਾ ਸੰਵਿਧਾਨ ਨਹੀਂ ਬਰਦਾਸ਼ਤ ਕਰ ਸਕਦਾ ਇਸੇ ਕਰਕੇ ਸ਼ਰਮਣੀ ਕਲਦੰਦੇ ਪ੍ਰਧਾਨ ਦਾ ਜਿਹੜਾ ਇਹ ਕਹਿਣਾ ਕਿ ਦੇਸ਼ ਨੂੰ ਅਲੱਗ-ਅਲੱਗ ਨਹੀਂ ਕੀਤਾ ਜਾ ਸਕਦਾ ਔਰ ਮੈਂ ਕਹਿ ਸਕਦਾ ਜਿਹੜਾ ਮੌਜੂਦਾ ਸੰਘਰਸ਼ਾ ਇਹਨੇ ਕਿਸਾਨੀ ਦੇ ਨਾਲ ਸੰਬੰਧਿਤ ਕਾਨੂੰਨ ਬਣਾ ਰੱਦ ਕਰਨ ਦੇ ਵਿੱਚ ਤਾਂ ਸੰਘਰਸ਼ ਕੀਤਾ ਹੀ ਕੀਤਾ ਪਰ ਦੇਸ਼ ਨੂੰ ਜੋੜਨ ਦੇ ਵਿੱਚ ਬੜੀ ਅਹਿਮ ਭੂਮਿਕਾ ਨਿਭਾਈ ਆ